ਪਾਠ ਨੰਬਰ 17 ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼। ਆਓ ਬੱਚੋ ਇਸ ਕਵਿਤਾ ਪਾਠ ਨੂੰ ਕਰੀਏ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ। ਖਾਤਰ ਵਤਨ ਦੇ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ। ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿੱਲੀ ਵਤਨ ਦਾ ਇਸ਼ਕ ਜਗਾ ਜਾਣਾ। ਦੇਸ਼ ਵਾਸੀਓ ਚਮਕਣਾ ਚੰਨ ਵਾਂਗੂ, ਕਿਤੇ ਬੱਦਲਾਂ ਹੇਠ ਨਾ ਆ ਜਾਣਾ। ਕਰਕੇ ਦੇਸ਼ ਦੇ ਨਾਲ ਧਰੋ ਯਾਰੋ, ਦਾ ਕੌਮ ਦੇ ਮੱਥੇ ਤੇ ਨਾ ਲਾ ਜਾਣਾ। ਮੁੱਲਾ ਸਿੰਘ ਕਿਰਪਾਲ ਨਵਾਬ ਵਾਂਗੂ, ਅਮਰ ਸਿੰਘ ਨਾ ਕਿਸੇ ਕਹਾ ਜਾਣਾ। ਜ਼ਿਲ੍ਹਾ ਹੋਣ ਕਾਲਜ ਵਤਨ ਸੇਵਕਾਂ ਦੇ, ਦਾਖਲ ਹੋ ਕੇ ਡਿਗਰੀਆਂ ਪਾ ਜਾਣਾ। ਹੁੰਦੇ ਫੇਲ ਬਹੁਤੇ ਅਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਟਾ ਜਾਣਾ। ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਐਸੇ ਰਸਤਿਓ ਤੁਸੀਂ ਵੀ ਆ ਜਾਣਾ। ਕੁਛ ਹੋਰ ਯਾਦ ਰੱਖਣੀਓ ਗੱਲਾਂ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿੱਚ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਈਸਵੀ ਵਿੱਚ ਹੋਇਆ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਮਾਤਾ ਸ਼੍ਰੀਮਤੀ ਸਾਹਿਬ ਕੌਰ ਅਤੇ ਪਿਤਾ ਸਰਦਾਰ ਮੰਗਲ ਸਿੰਘ ਸਨ। ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ 19 ਸਾਲ ਦੀ ਉਮਰ ਵਿੱਚ 16 ਨਵੰਬਰ 1915 ਈਸਵੀ ਨੂੰ ਫਾਂਸੀ ਦਿੱਤੀ ਗਈ। ਆਓ ਬੱਚੋ ਪਾਠ ਅਭਿਆਸ ਕਰੀਏ। ਊੜਾ ਜ਼ੁਬਾਨੀ ਅਭਿਆਸ ਨੰਬਰ 1। ਇਹ ਕਵਿਤਾ ਕਿਸਨੇ ਲਿਖੀ ਹੈ? ਇਹ ਕਵਿਤਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੁਆਰਾ ਲਿਖੀ ਗਈ ਹੈ। ਪ੍ਰਸ਼ਨ ਨੰਬਰ 2, ਸਰਦਾਰ ਕਰਤਾਰ ਸਿੰਘ ਸਰਾਭਾ ਦਾ ਜਨਮ ਕਿੱਥੇ ਹੋਇਆ ਸੀ? ਸਰਦਾਰ ਕਰਤਾਰ ਸਿੰਘ ਸਰਾਭਾ ਦਾ ਜਨਮ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਨੰਬਰ 3, ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਕਿਉਂ ਹੋਈ ਸੀ? ਉੱਤਰ, ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਮਕਸਦ ਨਾਲ ਅੰਗਰੇਜ਼ੀ ਹਕੂਮਤ ਨਾਲ ਲੜਦਿਆਂ ਉਹਨਾਂ ਨੂੰ ਫਾਂਸੀ ਹੋਈ ਸੀ। ਨੰਬਰ 4, ਕਵਿਤਾ ਨੂੰ ਗਾ ਕੇ ਸੁਣਾਓ। ਬੱਚੋ ਇੱਥੇ ਤੁਸੀਂ ਸਾਰੀ ਕਵਿਤਾ ਨੂੰ ਗਾ ਕੇ ਸੁਣਾਉਣਾ ਹੈ। ਖੱਖਾ, ਹੇਠ ਲਿਖੀਆਂ 17 ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਖਾਤਰ ਵਤਨ ਦੇ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ। ਨੰਬਰ 1, ਫਾਂਸੀ ਉੱਤੇ ਕੌਣ ਚੜ੍ਹਨ ਲੱਗੇ ਸਨ ਤੇ ਕਿਉਂ? ਉੱਤਰ, ਅੰਗਰੇਜ਼ੀ ਹਕੂਮਤ ਨੂੰ ਦੇਸ਼ ਤੋਂ ਆਜ਼ਾਦ ਕਰਵਾਉਣ ਲਈ ਦੇਸ਼ ਭਗਤ ਫਾਂਸੀ ਚੜ੍ਹਨ ਲੱਗੇ ਸਨ। ਹੁੰਦੇ ਫੇਲ ਬਹੁਤੇ ਅਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਟਾ ਜਾਣਾ। ਨੰਬਰ 2, ਵਤਨ ਵਾਸੀਆਂ ਨੂੰ ਕੀ ਕਿਹਾ ਗਿਆ ਹੈ? ਵਤਨ ਵਾਸੀਆਂ ਨੂੰ ਦੇਸ਼ ਭਗਤੀ ਦੇ ਰਾਹ ਤੇ ਚੱਲਦਿਆਂ ਨਾ ਘਬਰਾਉਣ ਲਈ ਕਿਹਾ ਗਿਆ ਹੈ। ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਐਸੇ ਰਸਤਿਓ ਤੁਸੀਂ ਵੀ ਆ ਜਾਣਾ। ਨੰਬਰ 3, ਇਸ ਵਿੱਚ ਕਿਹੜੇ ਰਸਤੇ ਦੀ ਗੱਲ ਕੀਤੀ ਗਈ ਹੈ? ਇਸ ਵਿੱਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹਰ ਕੁਰਬਾਨੀ ਲਈ ਤਿਆਰ ਰਹਿਣ ਅਤੇ ਦੇਸ਼ ਭਗਤਾਂ ਵੱਲੋਂ ਚੁਣੇ ਰਸਤੇ ਦੀ ਗੱਲ ਕੀਤੀ ਗਈ ਹੈ। ਈੜੀ, ਹੇਠਾਂ ਲਿਖੇ ਸ਼ਬਦਾਂ ਦੇ ਅਰਥ ਲਿਖੋ। ਵਤਨ, ਦੇਸ਼, ਇਸ਼ਕ, ਪਿਆਰ। ਫਾਂਸੀ, ਰੱਸੀ ਨਾਲ ਲਟਕਾ ਕੇ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ। ਧਰੋਹ, ਧੋਖਾ। ਦਿਲੀ, ਦਿਲਾਂ ਵਿੱਚ। ਕੌਮ, ਰਾਸ਼ਟਰ। ਸੱਸਾ, ਹੇਠ ਲਿਖੇ ਸ਼ਬਦਾਂ ਦੇ ਸ਼ਬਦ ਜੋੜ ਸ਼ੁੱਧ ਕਰਕੇ ਲਿਖੋ।
ਹਿੰਦ ਹਾਹੇ ਸਿਹਾਰੀ ਉੱਪਰ ਟਿੱਪੀ ਦੱਦਾ ਮੌਤ ਹੋੜੇ ਦੀ ਥਾਂ ਮੰਮੀ ਉੱਤੇ ਕਨੋੜਾ ਲਾਵਾਂਗੇ ਤੱਤਾ ਮੌਤ ਵਾਂਗੂ ਵੱਵਾ ਕੰਨਾ ਕੰਨੇ ਉੱਤੇ ਬਿੰਦੀ ਗੱਗਾ ਗੱਗੇ ਦੁਲੈਂਕੜ ਉੱਪਰ ਟਿੱਪੀ ਫੇਲ ਫੱਫੇ ਲਾਵਾਂ ਲੱਲਾ ਲੱਲੇ ਪੈਰੀ ਹਾਹਾ ਫੇਲ ਚੜ੍ਹਨ ਚੱਚਾ ਰਾੜਾ ਰਾੜੇ ਪੈਰੀ ਹਾਹਾ ਨੰਨਾ ਚੜ੍ਹਨ ਬੱਦਲ ਬੱਬੇ ਉੱਤੇ ਅੱਧਕ ਦੱਦਾ ਲੱਲਾ ਬੱਦਲ ਜੇਲਾਂ ਜੱਜੇ ਲਾਵਾਂ ਲੱਲਾ ਲੱਲੇ ਪੈਰੀ ਹਾਹਾ ਕੰਨਾ ਉੱਪਰ ਬਿੰਦੀ ਥੋੜੇ ਰਾੜੇ ਪੈਰੀ ਹਾਹਾ ਕੱਕਾ ਹੇਠਾਂ ਦਿੱਤੇ ਚਿੱਤਰ ਵਿੱਚ ਰੰਗ ਭਰੋ ਬੱਚੋ ਇਸ ਵਿੱਚ ਤੁਸੀਂ ਰੰਗ ਭਰਨੇ ਹਨ ਬੱਚੋ ਇਹ ਸੀ ਸਾਡੀ ਕਵਿਤਾ ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼ ਜਲਦ ਮਿਲਾਂਗੇ ਹੁਣ ਨਵੀਂ ਵੀਡੀਓ ਦੇ ਨਾਲ ਧੰਨਵਾਦ।